प्यारे विद्यार्थियों सत श्री अकाल स्वागत है मेरे YouTube चैनल शिवराठी लोंदे ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਹੈ ਅੱਜ ਅਸੀਂ ਪੜਾਂਗੇ ਸੁਤੰਤਰਤਾ ਸੁਤੰਤਰਤਾ ਦੇ ਪਾਠ ਨੂੰ ਮੈਂ ਦੋ ਭਾਗਾਂ ਦੇ ਵਿੱਚ ਵੰਡ ਕੇ ਪੜਾ ਰਿਹਾ ਹਾਂ ਸੁਤੰਤਰਤਾ ਭਾਗ 1 ਅਤੇ 2 ਅੱਜ ਅਸੀਂ ਭਾਗ ਪਹਿਲਾ ਪੜ੍ਹਦੇ ਹਾਂ ਸੁਤੰਤਰਤਾ ਦਾ ਅਰਥ ਸੁਤੰਤਰਤਾ ਦਾ ਭਾਵ ਹੈ ਹਰ ਪ੍ਰਕਾਰ ਦੀਆਂ ਪਾਬੰਦੀਆਂ ਦੀ ਅਣਹੋਂਦ ਸੁਤੰਤਰਤਾ ਦਾ ਭਾਵ ਹਰ ਪ੍ਰਕਾਰ ਦੀਆਂ ਪਾਬੰਦੀਆਂ ਦੀ ਅਣਹੋਂਦ ਨਹੀਂ ਹੈ ਸਗੋਂ ਅਣਉਚਿਤ ਅਤੇ ਅਨੈਤਿਕ ਬੰਦਿਸ਼ਾਂ ਦੀ ਅਣਹੋਂਦ ਹੈ ਅਰਥਾਤ ਸੁਤੰਤਰਤਾ ਦਾ ਅਰਥ ਇਹ ਨਹੀਂ ਕਿ ਵਿਅਕਤੀ ਉੱਪਰ ਕਿਸੇ ਵੀ ਪ੍ਰਕਾਰ ਦੀ ਪਾਬੰਦੀ ਨਹੀਂ ਹੋਊਗੀ ਬਲਕਿ ਅਣਉਚਿਤ ਅਤੇ ਅਨੈਤਿਕ ਪਾਬੰਦੀ ਨਹੀਂ ਹੋਊਗੀ ਜਿਹੜੀ ਉਹਦੇ ਵਿਕਾਸ ਲਈ ਜ਼ਰੂਰੀ ਹੈ ਸੰਖੇਪ ਵਿੱਚ ਸੁਤੰਤਰਤਾ ਦਾ ਭਾਵ ਹੈ ਕਿ ਵਿਅਕਤੀ ਨੂੰ ਸਭ ਕੰਮ ਉਹ ਸਭ ਕੰਮ ਕਰਨ ਦੀ ਖੁੱਲ ਹੋਵੇ ਜੋ ਕਰਨ ਯੋਗ ਹੈ ਜੇ ਜੋ ਉਸ ਵਿਅਕਤੀ ਜੋ ਉਸ ਦੇ ਵਿਅਕਤੀਗਤ ਵਿਕਾਸ ਲਈ ਜ਼ਰੂਰੀ ਹਨ ਅਤੇ ਜੋ ਕਿਸੇ ਦੂਸਰੇ ਵਿਅਕਤੀ ਦੀ ਸੁਤੰਤਰਤਾ ਨੂੰ ਨਸ਼ਟ ਨਹੀਂ ਕਰਦੇ ਅਰਥਾਤ ਵਿਅਕਤੀ ਨੂੰ ਕਾਦੀ ਸੁਤੰਤਰਤਾ ਹੈ ਸਾਰੇ ਉਹ ਕੰਮ ਕਰੇ ਜੋ ਕਰ ਸਕਦਾ ਹੈ ਜੋਗ ਹੈ ਔਰ ਉਹਦੇ ਵਿਅਕਤੀਗਤ ਵਿਕਾਸ ਲਈ ਜ਼ਰੂਰੀ ਹਨ ਅਤੇ ਉਹ ਕੰਮ ਜਿਹੜੇ ਦੂਸਰੇ ਵਿਅਕਤੀ ਦੀ ਉਸੇ ਤਰ੍ਹਾਂ ਦੀ ਸੁਤੰਤਰਤਾ ਨੂੰ ਨਸ਼ਟ ਨਹੀਂ ਕਰਦੇ ਕਿਉਂਕਿ ਅਸੀਂ ਸਮਾਜਿਕ ਪ੍ਰਾਣੀ ਆ ਸਮਾਜ ਚ ਰਹਿੰਨੇ ਆ ਅਸੀਂ ਆਪਣੀ ਸੁਤੰਤਰਤਾ ਦਾ ਆਨੰਦ ਮਾਣਦੇ ਹੋਏ ਜਾਂ ਸੁਤੰਤਰਤਾ ਨੂੰ ਮਾਣਦੇ ਹੋਏ ਜੇਕਰ ਕਿਸੇ ਦੂਜੇ ਵਿਅਕਤੀ ਦੀ ਸੁਤੰਤਰਤਾ ਦੇ ਵਿੱਚ ਰੁਕਾਵਟ ਖੜੀ ਕਰਨੇ ਆ ਕਰਦੇ ਆ ਤਾਂ ਅਜਿਹਾ ਅਜੀਹ ਗੱਲ ਨੂੰ ਅਸੀਂ ਜੇ ਜਿਹੜੀ ਸੁਤੰਤਰਤਾ ਉੱਪਰ ਪਾਬੰਦੀ ਲਗਾਉਣੀ ਪੈਗੀ ਜਾਂ ਇਸ ਗੱਲ ਦੇ ਉੱਤੇ ਅਸੀਂ ਪਾਬੰਦੀ ਦੀ ਅਣਹੋਂਦ ਨਹੀਂ ਮੰਨ ਸਕਦੇ ਕਿਉਂਕਿ ਜੇਕਰ ਇੱਕ ਵਿਅਕਤੀ ਨੂੰ ਸੁਤੰਤਰਤਾ ਦਾ ਅਧਿਕਾਰ ਹੈ ਤਾਂ ਬਾਕੀ ਵਿਅਕਤੀਆਂ ਦੀ ਵੀ ਉਸੇ ਤਰ੍ਹਾਂ ਦੀ ਸੁਤੰਤਰਤਾ ਜਿਹੜੀ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਇਸ ਲਈ ਸੁਤੰਤਰਤਾ ਦਾ ਅਰਥ ਸਭ ਪ੍ਰਕਾਰ ਦੀਆਂ ਪਾਬੰਦੀਆਂ ਦੀ ਅਣਹੋਂਦ ਨਹੀਂ ਸਗੋਂ ਅਣਉਚਿਤ ਅਤੇ ਸਿਰਫ ਅਨੈਤਿਕ ਬੰਦਿਸ਼ਾਂ ਦੀ ਅਣਹੋਂਦ ਹੈ ਸੁਤੰਤਰਤਾ ਦਾ ਸ਼ਬਦੀ ਅਰਥ ਸ਼ਬਦੀ ਅਰਥ ਇਹ ਵੀ ਇੰਪੋਰਟੈਂਟ ਕੁਐਸਚਨ ਬਣਦਾ ਹੈ ਇਹਦੇ ਚੋਂ ਤੁਹਾਨੂੰ 1 ਜਾਂ 2 ਜਿਹੜੇ ਇੱਕ ਇੱਕ ਨੰਬਰ ਦੇ ਸਵਾਲ ਵੀ ਪੁੱਛੇ ਜਾ ਸਕਦੇ ਆ ਔਰ ਇਹਦੇ ਨਾਲ ਤੁਹਾਨੂੰ 2 ਜਾਂ 4 ਨੰਬਰ ਚ ਵੀ ਇਹ ਸਵਾਲ ਆ ਸਕਦਾ ਹੈ ਕਿ ਸੁਤੰਤਰਤਾ ਦਾ ਸ਼ਬਦੀ ਅਰਥ ਦੱਸੋ ਤਾਂ ਸੁਤੰਤਰਤਾ ਜਿਹੜਾ ਸ਼ਬਦ ਹੈ ਇਹ ਅੰਗਰੇਜ਼ੀ ਭਾਸ਼ਾ ਦੇ ਲਿਬਰਟੀ ਸ਼ਬਦ ਦਾ ਪੰਜਾਬੀ ਅਨਵਾਦ ਹੈ ਤਾਂ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਲਿਬਰਟੀ ਸ਼ਬਦ ਹੈ ਉਹ ਲਾਤੀਨੀ ਭਾਸ਼ਾ ਦੇ ਲਿਬਰ ਸ਼ਬਦ ਤੋਂ ਬਣਿਆ ਜਿਹੜਾ ਅੰਗਰੇਜ਼ੀ ਦਾ ਲਿਬਰਟੀ ਸ਼ਬਦ ਹੈ ਉਹ ਲਾਤੀਨੀ ਭਾਸ਼ਾ ਤੋਂ ਲਿਆ ਗਿਆ ਹੈ ਲੀਬਰਸ਼ਬਦ ਤੋਂ ਤੇ ਲੇਬਰ ਲਤੀਨੀ ਭਾਸ਼ਾ ਚ ਲੇਬਰ ਸ਼ਬਦ ਦਾ ਕੀ ਅਰਥ ਹੈ ਸੁਤੰਤਰਤਾ ਤਾਂ ਸ਼ਬਦੀਕਰਨ ਤੋਂ ਸੁਤੰਤਰਤਾ ਦਾ ਅਰਥ ਹੈ ਹਰ ਪ੍ਰਕਾਰ ਦੀਆਂ ਪਾਬੰਦੀਆਂ ਦੀ ਅਣਹੋਂਦ ਭਾ ਸ਼ਬਦੀ ਪੱਖ ਤੋਂ ਸੁਤੰਤਰਤਾ ਦਾ ਅਰਥ ਹੈ ਮਨੁੱਖ ਕੋ ਉਪਰ ਕਿਸੇ ਪ੍ਰਕਾਰ ਦੀਆਂ ਪਾਬੰਦੀਆਂ ਦਾ ਨਾ ਹੋਣਾ ਪਰ ਅਸਲ ਦੇ ਵਿੱਚ ਜਦੋਂ ਅਸੀਂ ਸੁਤੰਤਰਤਾ ਦਾ ਅਰਥ ਕੀਤਾ ਸੀ ਤਾਂ ਉੱਥੇ ਇਹੀ ਪੜਿਆ ਸੀ ਕਿ ਸਭ ਪ੍ਰਕਾਰ ਦੀਆਂ ਪਾਬੰਦੀਆਂ ਦੀ ਅਣਹੋਂਦ ਨਹੀਂ ਸਿਰਫ ਅਣਉਚਿਤ ਅਤੇ ਅਨੈਤਿਕ ਪਾਬੰਦੀਆਂ ਦੀ ਅਣਹੋਂਦ ਹੈ ਸਤੰਤਰਤਾ ਦੀ ਪਰਿਭਾਸ਼ਾ ਮਕੈਨੀ ਨੇ ਸਤੰਤਰਤਾ ਦੀ ਬਹੁਤ ਵਧੀਆ ਪਰਿਭਾਸ਼ਾ ਦਿੱਤੀ ਹੈ ਸਤੰਤਰਤਾ ਹਰ ਪ੍ਰਕਾਰ ਦੀਆਂ ਪਾਬੰਦੀਆਂ ਦੀ ਅਣਹੋਂਦ ਨਹੀਂ ਹੈ ਸਗੋਂ ਅਣਉਚਿਤ ਪਾਬੰਦੀਆਂ ਦੀ ਥਾਂ ਉਚਿਤ ਪਾਬੰਦੀਆਂ ਦੀ ਸਥਾਪਨਾ ਹੈ ਜਿਸ ਸਮਾਜਿਕ ਜੀਵਨ ਸਮਾਜ ਦੇ ਵਿੱਚ ਰਹਿਣਿਆ ਅਨਚਿਤ ਪਾਬੰਦੀਆਂ ਨਹੀਂ ਹੋਣੇ ਚਾਹੀਦੀਆਂ ਵਿਅਕਤੀ ਤੇ ਉਚਿਤ ਪਾਬੰਦੀਆਂ ਲਗਾਉਣੀਆਂ ਪੈਣਗੀਆਂ ਕਿਉਂਕਿ ਜੇ ਸਾਰੇ ਵਿਅਕਤੀ ਆਪਣੀ ਮਨਮਰਜ਼ੀ ਕਰਨਗੇ ਅਰਾਜਿਕਤਾ ਦੀ ਸਥਿਤੀ ਪੈਦਾ ਹੋਏਗੀ ਦੂਜੇ ਵਿਅਕਤੀ ਦੀ ਸੁਤੰਤਰਤਾ ਦੇ ਰਸਤੇ ਦੇ ਵਿੱਚ ਰੁਕਾਵਟ ਖੜੀ ਹੋਵੇਗੀ ਇਸ ਲਈ ਅਨਚਿਤ ਪਾਬੰਦੀਆਂ ਦੀ ਥਾਂ ਤੇ ਉਚਿਤ ਪਾਬੰਦੀਆਂ ਦੀ ਸਥਾਪਨਾ ਆ ਮਕੈਨਿਕ ਕਹਿੰਦਾ ਇਸ ਤੋਂ ਬਾਅਦ ਸੁਤੰਤਰਤਾ ਦੇ ਦੋ ਪੱਖ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ 2 ਨੰਬਰ ਦਾ ਕੁਐਸਚਨ ਬਹੁਤ ਵਾਰ ਫਾਈਨਲ ਐਗਜ਼ਾਮ ਦੇ ਵਿੱਚ ਆਉਂਦਾ ਹੈ ਸੁਤੰਤਰਤਾ ਦੇ ਦੋ ਪੱਖ ਜਾਂ ਦੋ ਰੂਪ ਦੱਸੋ ਇੱਕ ਹੈਗਾ ਜੀ ਨਿਕੇਦਾત્મક ਰੂਪ ਜਿਹਨੂੰ ਅਸੀਂ 네ਗੇਟਿਵ ਐਸਪੈਕਟ ਕਹਿ ਦਿੰਨੇ ਆ ਤੇ ਦੂਜਾ ਹੈਗਾ ਸਕਾਰਾਤਮਕ ਰੂਪ ਜਿਹਨੂੰ ਅਸੀਂ ਪੋਜ਼ਿਟਿਵ ਐਸਪੈਕਟ ਕਹਿ ਦਿੰਨੇ ਆ ਹੁਣ ਅਸੀਂ ਇਹਨਾਂ ਦੋਨਾਂ ਰੂਪਾਂ ਦੇ ਬਾਰੇ ਦੇ ਵਿੱਚ ਅਲੱਗ-ਅਲੱਗ ਵਿਸਥਾਰ ਨਾਲ ਪੜ੍ਹਦੇ ਆ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਆ ਨਿਕੇਦਾત્મક 네ਗੇਟਿਵ ਰੂਪ ਦੇ ਬਾਰੇ ਸੁਤੰਤਰਤਾ ਦੇ ਇਸ ਰੂਪ ਦਾ ਭਾਵ ਇਹ ਹੈ ਕਿ ਮਨੁੱਖ ਪੂਰਨ ਰੂਪ ਵਿੱਚ ਸੁਤੰਤਰ ਹੈ ਅਤੇ ਜੋ ਕੋਜ ਆਪਣੀ ਇੱਛਾ ਅਨੁਸਾਰ ਕਰਨਾ ਚਾਹੇ ਉਸ ਨੂੰ ਕਰਨ ਦੀ ਖੁੱਲ ਹੈ ਸਧਾਰਨ ਸ਼ਬਦਾਂ ਵਿੱਚ ਮਨੁੱਖ ਉੱਪਰ ਕਿਸੇ ਵੀ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਹੁੰਦੀ ਉਹ ਹਰ ਕੰਮ ਵਿੱਚ ਆਪਣੀ ਮਨਮਾਨੀ ਕਰ ਸਕਦਾ ਹੈ ਨਿਖੇਦਾત્મક ਰੂਪ ਦੀ ਸੁਤੰਤਰਤਾ ਸੰਗਠਿਤ ਮਾਨਨ ਸਮਾਜ ਵਿੱਚ ਸੰਭਵ ਨਹੀਂ ਹੋ ਸਕਦੀ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਜੇਕਰ ਕਿਸੇ ਵਿਅਕਤੀ ਤੇ ਕਿਸੇ ਵੀ ਤਰ੍ਹਾਂ ਦੀ ਰੋਕ ਨਾ ਹੋਵੇ ਉਹ ਜੋ ਆਪਣੀ ਇੱਛਾ ਅਨੁਸਾਰ ਕੰਮ ਕਰੇ ਅਜਿਹਾ ਸੰਭਵ ਹੋ ਸਕਦਾ ਹੈ ਨਹੀਂ ਕਿਉਂਕਿ ਅਝਿਆ ਕਰਨ ਨਾਲ ਹੋ ਸਕਦਾ ਹੈ ਦੂਜੇ ਵਿਅਕਤੀਆਂ ਦੇ ਜਿਹੜੀ ਸੁਤੰਤਰਤਾ ਹੈ ਉਹਦੇ ਰਸਤੇ ਦੇ ਵਿੱਚ ਹੋਰ ਰੁਕਾਵਟ ਖੜੀ ਕਰ ਦੇਵੇ ਇਸ ਲਈ ਜਿਹੜਾ ਨਿਖੇਦਾਾਤਮਕ ਰੂਪ ਹੈ ਅੱਜ ਦੇ ਮਾਨਵੀ ਸਮਾਜ ਦੇ ਵਿੱਚ ਸੰਭਵ ਨਹੀਂ ਹੋ ਸਕਦਾ ਹੁਣ ਪੜਦੇ ਆਂ ਅਸੀਂ ਇਹਦਾ ਦੂਸਰਾ ਰੂਪ ਸਕਾਰਾਤਮਕ ਰੂਪ ਸਕਾਰਾਤਮਕ ਰੂਪ ਤੋਂ ਭਾਵ ਹੈ ਵਿਅਕਤੀ ਤੋਂ ਅਨੈਤਿਕ ਨਿਰੰਕੁਸ਼ ਅਤੇ ਅਨਿਆਪੂਰਨ ਪਾਬੰਦੀਆਂ ਦਾ ਹਟਾਇਆ ਜਾਣਾ ਅਰਥਾਤ ਉਹ پابੰਦੀਆਂ ਜਿਹੜੀਆਂ ਨੈਤਿਕ ਨਹੀਂ ਅਨੈਤਿਕ ਹਨ ਨਿਰਕੋਸ਼ ਹਨ ਅਨਿਆਪੂਰਨ ਹਨ ਉਹਨਾਂ پابੰਦੀਆਂ ਨੂੰ ਵਿਅਕਤੀ ਤੋਂ ਹਟਾ ਦੇਣਾ ਸਮਾਜ ਵਿੱਚ ਰਹਿੰਦੇ ਵਿਅਕਤੀਆਂ ਨੂੰ ਕੇਵਲ ਉਹੀ ਸਤੰਤਰਤਾ ਪ੍ਰਾਪਤ ਹੋਣੀ ਚਾਹੀਦੀ ਹੈ ਜੋ ਉਸ ਦੇ ਵਿਕਤੀਤਵ ਦੇ ਵਿਕਾਸ ਲਈ ਜ਼ਰੂਰੀ ਹੈ ਅਤੇ ਜੋ ਦੂਸਰਿਆਂ ਦੀ ਉਸੇ ਪ੍ਰਕਾਰ ਦੀ ਸਤੰਤਰਤਾ ਦੇ ਵਿੱਚ ਰੁਕਾਵਟ ਨਹੀਂ ਬਣਦੀ ਜਿਹੜੇ ਸਮਾਜ ਵਿੱਚ ਰਹਿੰਦੇ ਵਿਅਕਤੀ ਹੈ ਉਹਨਾਂ ਨੂੰ ਉਨੀਸ ਸੁਤੰਤਰਤਾ ਪ੍ਰਾਪਤ ਹੋਣੀ ਚਾਹੀਦੀ ਹੈ ਸਕਾਰਾਤਮਕ ਰੂਪ ਕਹਿੰਦਾ ਜੋ ਉਹਨਾਂ ਦੇ ਵਿਕਤੀਤਵ ਦੇ ਵਿਕਾਸ ਲਈ ਜ਼ਰੂਰੀ ਹੈ ਅਤੇ ਜੋ ਦੂਸਰੇ ਲੋਕਾਂ ਦੀ ਉਸੇ ਤਰ੍ਹਾਂ ਦੀ ਸੁਤੰਤਰਤਾ ਦੇ ਵਿੱਚ ਰੁਕਾਵਟ ਨਹੀਂ ਬਣਦੀ ਜਿਹੜਾ ਸਕਾਰਾਤਮਕ ਸਰੂਪ ਦੀ ਸੁਤੰਤਰਤਾ ਹੀ ਸੰਗਠਿਤ ਸਮਾਜਿਕ ਜੀਵਨ ਵਿੱਚ ਉਪਲਬਧ ਹੋ ਸਕਦੀ ਹੈ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਸੁਤੰਤਰਤਾ ਅਸੀਂ ਆਨੰਦ ਮਾਣ ਰਹੇ ਹਾਂ ਉਹ ਸਕਾਰਾਤਮਕ ਰੂਪ ਹੀ ਹੈ ਕਿਉਂਕਿ ਸਾਡੇ ਉੱਤੇ ਸਿਰਫ ਅਨੈਤਿਕ ਨਿਰਕੁਸ਼ ਤੇ ਅਨਾਪ ਅਨਿਆਪੂਰਨ ਪਾਬੰਦੀਆਂ ਹਟਾਈਆਂ ਗਈਆਂ ਉਚਿਤ ਪਾਬੰਦੀਆਂ ਲਗਾਈਆਂ ਗਈਆਂ ਜਾਂ ਲਗਾਈਆਂ ਜਾ ਸਕਦੀਆਂ ਕਿਉਂਕਿ ਜੇਕਰ ਉਚਿਤ ਪਾਬੰਦੀਆਂ ਨਹੀਂ ਲਗਾਈਆਂ ਜਾਂਦੀਆਂ ਤਾਂ ਕੋਈ ਵੀ ਵਿਅਕਤੀ ਦੂਸਰੇ ਵਿਅਕਤੀ ਦੀ ਸੁਤੰਤਰਤਾ ਦੇ ਰਸਤੇ ਦੇ ਵਿੱਚ ਰੁਕਾਵਟ ਖੜੀ ਕਰ ਸਕਦਾ ਹੈ ਇਸ ਤੋਂ ਬਾਅਦ ਹੈ ਜੀ ਸੁਤੰਤਰਤਾ ਦੇ ਵੱਖ-ਵੱਖ ਰੂਪ ਜਾਂ ਕਿਸਮਾਂ ਇਹ ਤੁਹਾਨੂੰ 6 ਨੰਬਰ ਦੇ ਵਿੱਚ ਵੀ ਕੁਐਸਚਨ ਆ ਸਕਦਾ ਹੈ ਜਾਂ ਤੁਹਾਨੂੰ 4 ਨੰਬਰ ਦੇ ਵਿੱਚ ਕੋਈ ਇੱਕ ਕਿਸਮ ਦੀ ਸੁਤੰਤਰਤਾ ਪੁੱਛ ਸਕਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਕਰਦੇ ਆ ਡਿਸਕਸ ਪ੍ਰਕਿਰਤਿਕ ਜਾਂ ਕੁਦਰਤੀ ਸਤੰਤਰਤਾ ਕੁਦਰਤੀ ਸਤੰਤਰਤਾ ਦਾ ਅਰਥ ਹੈ ਬੰਧਨਹੀਣ ਸਤੰਤਰਤਾ ਭਾਵ ਜਦੋਂ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਹਰ ਤਰ੍ਹਾਂ ਦਾ ਕੰਮ ਕਰਨ ਦੀ ਸਤੰਤਰਤਾ ਹੋਵੇ ਅਤੇ ਉਸ ਦੀ ਅਜਿਹੀ ਸਤੰਤਰਤਾ ਦੇ ਕਿਸੇ ਵੀ ਪ੍ਰਕਾਰ ਦਾ ਬੰਧਨ ਨਾ ਹੋਵੇ ਅਤੇ ਇਹ ਸਤੰਤਰਤਾ ਮਨੁੱਖ ਨੂੰ ਰਾਜ ਦੇ ਹੋਣ ਵਿੱਚ ਆਉਣ ਤੋਂ ਪਹਿਲਾ ਪ੍ਰਕਿਰਤਕ ਜਾਂ ਕੁਦਰਤੀ ਅਵਸਥਾ ਵਿੱਚ ਪ੍ਰਾਪਤ ਸੀ ਜਿਸ ਉੱਪਰ ਕਿਸੇ ਪ੍ਰਕਾਰ ਦੀ ਸਮਾਜਿਕ ਜਾਂ ਕਾਨੂੰਨੀ ਬੰਧਨ ਨਹੀਂ ਸੀ ਜੌਹਨ ਲੋਕ ਨੇ ਇਸੇ ਤਰ੍ਹਾਂ ਦੀ ਹੀ ਸੁਤੰਤਰਤਾ ਦੀ ਗੱਲ ਕੀਤੀ ਸੀ ਜੋ ਰਾਜ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵਿਅਕਤੀ ਨੂੰ ਕੁਦਰਤੀ ਅਵਸਥਾ ਦੇ ਵਿੱਚ ਮਿਲੀ ਹੋਈ ਸੀ ਜਿਹਦੇ ਉੱਪਰ ਕੋਈ ਵੀ ਸਮਾਜਿਕ ਜਾਂ ਕਾਨੂੰਨੀ ਬੰਧਨ ਨਹੀਂ ਸੀ ਔਰ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਜਿਹੜੀ ਸੁਤੰਤਰਤਾ ਮਨਣ ਦਾ ਹੱਕ ਸੀ ਇਹ ਸੀ ਪ੍ਰਕਿਰਤਕ ਜਾਂ ਕੁਦਰਤੀ ਸੁਤੰਤਰਤਾ ਦੂਜੀ ਕਿਸਮ ਪੜਦੇ ਆ ਜੀ ਅਸੀਂ ਨਾਗਰਿਕ ਸਤੰਤਰਤਾ ਤਾਂ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਵਿਅਕਤੀ ਨੂੰ ਜਿਹੜੀਆਂ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ ਉਹਨਾਂ ਨੂੰ ਹੀ ਨਾਗਰਿਕ ਜਾਂ ਸਮਾਜਿਕ ਸਤੰਤਰਤਾ ਦਾ ਨਾਮ ਦਿੱਤਾ ਜਾਂਦਾ ਹੈ ਸਧਾਰਨ ਸ਼ਬਦਾਂ ਵਿੱਚ ਨਾਗਰਿਕ ਸਤੰਤਰਤਾ ਉਹ ਸਤੰਤਰਤਾ ਹੈ ਜੋ ਵਿਅਕਤੀ ਨੂੰ ਇੱਕ ਸੰਗਠਿਤ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਮਿਲਦੀ ਹੈ ਉਸ ਸਤੰਤਰਤਾ ਜਿਹੜੀ ਇੱਕ ਵਿਅਕਤੀ ਨੂੰ ਸਮਾਜ ਦਾ ਜਾਂ ਇੱਕ ਰਾਜ ਦਾ ਨਾਗਰਿਕ ਹੋਣ ਦੇ ਨਾਤੇ ਜਾਂ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਮਿਲਦੀ ਹੈ ਉਸ ਨੂੰ ਅਸੀਂ ਕਹਿੰਦੇ ਆ ਨਾਗਰਿਕ ਸੁਤੰਤਰਤਾ ਔਰ ਇੱਕ ਸੰਗਠਿਤ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਇਸ ਤਰ੍ਹਾਂ ਦੀ ਨਾਗਰਿਕ ਸੁਤੰਤਰਤਾ ਨੂੰ ਸਮਾਜ ਵਿੱਚ ਪ੍ਰਾਪਤ ਸੁਤੰਤਰਤਾ ਵੀ ਆਖ ਸਕਦੇ ਆ ਕਿਉਂਕਿ ਇਹ ਸਮਾਜ ਵਿੱਚ ਹੀ ਸੰਭਵ ਹੁੰਦੀ ਹੈ ਇਸ ਤੋਂ ਬਾਅਦ ਆ ਗਈ ਜੀ ਰਾਜਨੀਤਿਕ ਸੁਤੰਤਰਤਾ ਰਾਜਨੀਤਿਕ ਸੁਤੰਤਰਤਾ ਅਜਿਹੀ ਸੁਤੰਤਰਤਾ ਜਿਸ ਦੁਆਰਾ ਨਾਗਰਿਕਾਂ ਨੂੰ ਸਰਕਾਰ ਦੇ ਕੰਮਾਂ ਵਿੱਚ ਭਾਗ ਲੈਣ ਦਾ ਅਵਸਰ ਪ੍ਰਾਪਤ ਹੁੰਦਾ ਹੈ ਅਜਿਹੀ ਸੁਤੰਤਰਤਾ ਕੁਝ ਰਾਜਨੀਤਿਕ ਅਧਿਕਾਰਾਂ ਤੇ ਆਧਾਰਿਤ ਹੁੰਦੀ ਹੈ ਉਦਾਹਰਨ ਵਜੋਂ ਵੋਟ ਦੇਣ ਦਾ ਅਧਿਕਾਰ ਹੈ ਚੋਣ ਲੜਨ ਦਾ ਅਧਿਕਾਰ ਹੈ ਸਰਕਾਰੀ ਪਦਵੀ ਪ੍ਰਾਪਤ ਕਰਨ ਦਾ ਅਧਿਕਾਰ ਹੈ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਦਾ ਅਧਿਕਾਰ ਹੈ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਹੈ ਇਹ ਸਾਰੀਆਂ ਰਾਜਨੀਤਿਕ ਸੁਤੰਤਰਤਾ ਦਾ ਮੁੱਖ ਆਧਾਰ ਹਨ ਇਸ ਤੋਂ ਬਾਅਦ ਇਹ ਜੀ ਆਰਥਿਕ ਸੁਤੰਤਰਤਾ ਜਿਵੇਂ ਕਿਹਾ ਜਾਂਦਾ ਹੈ ਕਿ ਰਾਜਨੀਤਿਕ ਸੁਤੰਤਰਤਾ ਦਾ ਤਤ ਕੋਈ ਫਾਇਦਾ ਨਹੀਂ ਜਦ ਤੱਕ ਆਰਥਿਕ ਸੁਤੰਤਰਤਾ ਪ੍ਰਾਪਤ ਨਹੀਂ ਹੈ ਕਿਉਂਕਿ ਗਰੀਬ ਵਿਅਕਤੀ ਅਮੀਰ ਵਿਅਕਤੀ ਦੇ ਨਾਲ ਰਾਾਇਣਤਕ ਜਿਹੜੀਆਂ ਤੌਰ ਤੇ ਕੰਪੀਟ ਹੀ ਨਹੀਂ ਕਰ ਸਕਦਾ ਇਸ ਲਈ ਜ਼ਰੂਰੀ ਹੈ ਕਿ ਆਰਥਿਕ ਤੌਰ ਤੇ ਸਾਰੇ ਵਿਅਕਤੀ ਸੁਤੰਤਰ ਹੋਣ ਆਰਥਿਕ ਸੁਤੰਤਰਤਾ ਦਾ ਅਰਥ ਹੈ ਗਰੀਬੀ ਬੇਰਜੁਗਾਰੀ ਅਤੇ ਥੁੜ ਤੋਂ ਸੁਤੰਤਰਤਾ ਤੇ ਆਰਥਿਕ ਸੁਤੰਤਰਤਾ ਨੂੰ ਯਕੀਨੀ ਬਣਾਉਣ ਲਈ ਅਜਹੀ ਅਰਥ ਵਿਵਸਥਾ ਦੀ ਸਥਾਪਨਾ ਕਰਨਾ ਜ਼ਰੂਰੀ ਹੈ ਜਿਸ ਵਿੱਚ ਲੋਕਾਂ ਨੂੰ ਆਪਣੀ ਰੋਜੀ ਕਮਾਉਣ ਲਈ ਲੁਡਿੰਦੇ ਸਾਧਨ ਪ੍ਰਾਪਤ ਹੋ ਸਕਣ ਕਿਉਂਕਿ ਆਪਦੀ ਗਰੀਬੀ ਨੂੰ ਜਾਂ ਥੜ ਨੂੰ ਕਿਵੇਂ ਕੋਈ ਦੂਰ ਕਰ ਸਕਦਾ ਜੇਕਰ ਉਹਨੂੰ ਚੰਗਾ ਕੰਮ ਮਿਲਿਆ ਹੋਵੇ ਜੇਕਰ ਉਹਦੇ ਕੋਲੇ ਸਾਧਨ ਹੋਣ ਰੁਜ਼ਗਾਰ ਦੇ ਰੋਟੀ ਕਮਾ ਕੇ ਖਾਣ ਦਾ ਉਹਦੇ ਕੋਲੇ ਜਾਂ ਉਹਦੀ ਕੋਈ ਕਿਰਤ ਦਾ ਉਹਦੇ ਕੋਲੇ ਜਰੀਆ ਹੋਵੇ ਤਾਂ ਮਨੁੱਖ ਇਹ ਤੋਂ ਇਲਾਵਾ ਮਨੁੱਖ ਦੁਆਰਾ ਮਨੁੱਖ ਦਾ ਆਰਥਿਕ ਸ਼ੋਸ਼ਣ ਨਾ ਹੋ ਸਕੇ ਕਿਉਂਕਿ ਜੇਕਰ ਉਹ ਵਿਅਕਤੀ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਕੰਮ ਮਿਲਿਆ ਹੋਇਆ ਹੈ ਉਹਨੂੰ ਰੋਜੀ ਕਮਾਉਣ ਦਾ ਲੜੀਂਦਾ ਸਾਧਨ ਹੈ ਪਰ ਜੇ ਉਹਨੂੰ ਪ੍ਰੋਪਰ ਕਿਰਤ ਨਹੀਂ ਮਿਲ ਰਹੀ ਜੇ ਉਹਨੂੰ ਉਹਦਾ ਸਹੀ ਪੈਸਾ ਨਹੀਂ ਮਿਲ ਰਿਹਾਗਾ ਉਹਨੂੰ ਆਪਣੀ ਮਿਹਨਤ ਦਾ ਤਾਂ ਫਿਰ ਵੀ ਵਿਅਕਤੀ ਦੀ ਆਰਥਿਕ ਜਿਹੜੀ ਸਥਿਤੀ ਉਹ ਚੰਗੀ ਨਹੀਂ ਹੋ ਸਕਦੀ ਜਾਂ ਉਹਦੀ ਗਰੀਬੀ ਦੂਰ ਨਹੀਂ ਹੋ ਸਕਦੀ ਇਸ ਲਈ ਮਨੁੱਖ ਦੁਆਰਾ ਮਨੁੱਖ ਆਰਥਿਕ ਸ਼ੋਸ਼ਣ ਨਾ ਹੋ ਸਕੇ ਉਹਨੂੰ ਰੋਜੀ ਕਮਾਉਣ ਦੇ ਸਾਧਨ ਹੋਣ ਇਹਦੇ ਨਾਲ ਹੀ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਆਰਥਿਕ ਸੁਤੰਤਰਤਾ ਦਾ ਅਰਥ ਆਰਥਿਕ ਖੇਤਰ ਵਿੱਚ ਖੁੱਲਾ ਮੁਕਾਬਲਾ ਜਾਂ ਸੁਤੰਤਰ ਵਪਾਰ ਨਹੀਂ ਹੈ ਕਿ ਆਪਾਂ ਨੂੰ ਲੱਗੇ ਕਿ ਸ਼ਬਦ ਤੋਂ ਲੱਗਦਾ ਵੀ ਆਰਥਿਕ ਸੁਤੰਤਰਤਾ ਅਰਥ ਖੁੱਲਾ ਮੁਕਾਬਲਾ ਜਾਂ ਸੁਤੰਤਰਤਾ ਨਹੀਂ ਕਿਉਂਕਿ ਜਿਹੜਾ ਖੁੱਲਾ ਮੁਕਾਬਲਾ ਜਾਂ ਸੁਤੰਤਰ ਵਪਾਰ ਹੈ ਇਹ ਤਾਂ ਆਰਥਿਕ ਸੁਤੰਤਰਤਾ ਨੂੰ ਨਸ਼ਟ ਕਰਦੇ ਆ ਕਿਉਂਕਿ ਇਹਦੇ ਨਾਲ ਜਿਹੜੇ ਪੂੰਜੀਪਤੀ ਵਰਗ ਹੈ ਉਹ ਗਰੀਬ ਵਰਗ ਦਾ ਸ਼ੋਸ਼ਣ ਕਰਦਾ ਹੈ ਇਸ ਤੋਂ ਬਾਅਦ ਹੈ ਜੀ ਰਾਸ਼ਟਰੀ ਸੁਤੰਤਰਤਾ ਰਾਸ਼ਟਰੀ ਸੁਤੰਤਰਤਾ ਦਾ ਭਾਵ ਵਿਦੇਸ਼ੀ ਨਿਯੰਤਰਣ ਤੋਂ ਮੁਕਤੀ ਜੇਕਰ ਕੋਈ ਰਾਸ਼ਟਰ ਕਿਸੇ ਵਿਦੇਸ਼ੀ ਸੱਤਾ ਦਾ ਗੁਲਾਮ ਹੈ ਤਾਂ ਉਸ ਰਾਸ਼ਟਰ ਦੇ ਜਿਹੜੇ ਵਿਅਕਤੀ ਲਈ ਸਮਾਜਿਕ ਵਿਕਾਸ ਆਰਥਿਕ ਰਾਜਨੀਤਿਕ ਆਦਿ ਖੇਤਰਾਂ ਵਿੱਚ ਸਹੀ ਵਿਕਾਸ ਕਰਨਾ ਸੰਭਵ ਨਹੀਂ ਹੈ ਜਿਵੇਂ ਭਾਰਤ ਪਹਿਲਾਂ ਬ੍ਰਿਟਿਸ਼ਜ਼ ਦਾ ਬਰਤਾਨੀਆਂ ਦਾ ਗੁਲਾਮ ਸੀ ਉਸੇ ਤਰ੍ਹਾਂ ਪ੍ਰਾਚਨ ਸਮੇਂ ਦੇ ਵਿੱਚ ਬਹੁਤ ਸਾਰੇ ਰਾਜਾਂ ਨੂੰ ਕਿਸੇ ਦੂਜੇ ਰਾਜ ਦौरा ਗੁਲਾਮ ਬਣਾ ਲਿਆ ਜਾਂਦਾ ਸੀ ਅੱਜ ਦੇ ਲੋਕਤੰਤਰੀ ਜੋਗ ਵਿੱਚ ਤਾਂ ਅਜਿਹਾ ਬਹੁਤ ਘੱਟ ਸੰਭਵ ਹੈ ਪਰ ਪ੍ਰਾਚਨ ਸਮੇਂ ਦੇ ਵਿੱਚ ਇਹ ਪਰੰਪਰਾ ਚੱਲਦੀ ਰਹੀ ਹੈ ਇਸ ਤੇ ਹਰ ਪ੍ਰਕਾਰ ਦੀ ਇਸ ਤੋਂ ਇਲਾਵਾ ਆਪਣਾ ਸੰਵਿਧਾਨ ਬਣਾਉਣਾ ਸ਼ਾਸਨ ਕਰਨਾ ਹਰ ਪ੍ਰਕਾਰ ਦੀ ਅੰਦਰਲੀ ਤੇ ਬਾਹਰਲੀ ਨੀਤੀ ਦਾ ਨਿਰਮਾਣ ਕਰਨਾ ਆਪਣੀ ਇੱਛਾ ਅਨੁਸਾਰ ਦੂਜੇ ਦੇਸ਼ਾਂ ਨਾਲ ਸਬੰਧ ਸਥਾਪਿਤ ਕਰਨਾ ਇਹ ਸਾਰੇ ਰਾਸ਼ਟਰੀ ਸੁਤੰਤਰਤਾ ਦੇ ਜਿਹੜੇ ਮੁੱਖ ਤੱਤ ਹਨ ਕਿ ਰਾਸ਼ਟਰੀ ਸੁਤੰਤਰਤਾ ਹਰ ਪ੍ਰਕਾਰ ਦਾ ਆਪਣਾ ਸੰਵਿਧਾਨ ਹੋਵੇ ਦੇਸ਼ ਦਾ ਉਹਦੇ ਅੰਦਰਲੀ ਤੇ ਬਾਹਰਲੀ ਨੀਤੀ ਦੇ ਨਿਰਮਾਣ ਕਰਨ ਦੀ ਸੁਤੰਤਰਤਾ ਹੋਵੇ ਉਹ ਆਪਣੀ ਇੱਛਾ ਨਾਲ ਦੂਜੇ ਦੇਸ਼ਾਂ ਨਾਲ ਸਬੰਧ ਬਣਾ ਸਕੇ ਤੇ ਰਾਸ਼ਟਰੀ ਸੁਤੰਤਰਤਾ ਹੈ ਇਸ ਤੋਂ ਬਾਅਦ ਹੈ ਜੀ ਧਾਰਮਿਕ ਸੁਤੰਤਰਤਾ ਧਰਮ ਧਰਮ ਨੂੰ ਮੰਨਣਾ ਧਾਰਮਿਕ ਸੁਤੰਤਰਤਾ ਦਾ ਅਰਥ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਮੰਨਣ ਗ੍ਰਹਿਣ ਕਰਨ ਅਤੇ ਉਸ ਤੇ ਅਮਲ ਕਰਨ ਦੀ ਸੁਤੰਤਰਤਾ ਹੈ ਜੇਕਰ ਵਿਅਕਤੀ ਉੱਪਰ ਰਾਜ ਵੱਲੋਂ ਕੋਈ ਧਰਮ ਠੋਸਿਆ ਜਾਂਦਾ ਹੈ ਤਾਂ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਕਿਸੇ ਧਰਮ ਨੂੰ ਗ੍ਰਹਿਣ ਕਰਨ ਜਾਂ ਨਾ ਕਰਨ ਦੀ ਖੁੱਲ ਨਹੀਂ ਦਿੱਤੀ ਜਾਂਦੀ ਤਾਂ ਅਜਿਹੀ ਅਵਸਥਾ ਨੂੰ ਧਾਰਮਿਕ ਸੁਤੰਤਰਤਾ ਦੀ ਸੀ ਉਲੰਘਣਾ ਕਹਿੰਦੇ ਆ ਧਾਰਮਿਕ ਸੁਤੰਤਰਤਾ ਦਾ ਅਰਥ ਹੈ ਕਿਸੇ ਵੀ ਵਿਅਕਤੀ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਕਰਨਾ ਹੁਣ ਕਿਸੇ ਧਰਮ ਨੂੰ ਮੰਨਣਾ ਨਾ ਮੰਨਣਾ ਉਹਦੀ ਨਿੱਜੀ ਇੱਛਾ ਤੇ ਨਿਰਪਕਰ ਦਾ ਰਾਜ ਦੁਆਰਾ ਕੋਈ ਧਰਮ ਆਪਣੇ ਨਾਗਰਿਕਾਂ ਤੇ ਠੋਸਿਆ ਨਹੀਂ ਜਾਣਾ ਚਾਹੀਦਾ ਤੇ ਉਹਨਾਂ ਨੂੰ ਕਿਸੇ ਧਰਮ ਨੂੰ ਮੰਨਣ ਤੋਂ ਰੋਕਿਆ ਵੀ ਨਹੀਂ ਜਾਣਾ ਚਾਹੀਦਾ ਇਸ ਨੂੰ ਕਹਿੰਦੇ ਆ ਧਾਰਮਿਕ ਸੁਤੰਤਰਤਾ ਇਸ ਤੋਂ ਬਾਅਦ ਹੈ ਜੀ ਵਿਅਕਤੀਗਤ ਸੁਤੰਤਰਤਾ ਵਿਅਕਤੀ ਦੇ ਜਿਹੜੇ ਕੰਮਾਂ ਦਾ ਪ੍ਰਭਾਵ ਉਸ ਦੇ ਆਪਣੇ ਤੱਕ ਹੀ ਸੀਮਿਤ ਰਹਿੰਦਾ ਹੈ ਉਨ੍ਹਾਂ ਕੰਮਾਂ ਨੂੰ ਕੰਮ ਕਰਨ ਦੀ ਸੁਤੰਤਰਤਾ ਨੂੰ ਕਹਿੰਦੇ ਆ ਵਿਅਕਤੀਗਤ ਸਤੰਤਰਤਾ ਕਿਹੜੇ ਕੰਮ ਜਿਨ੍ਹਾਂ ਦਾ ਪ੍ਰਭਾਵ ਉਹਦੇ ਆਪਣੇ ਤੱਕ ਹੀ ਸੀਮਿਤ ਰਹਿੰਦਾ ਹੈ ਅਜਿਹੀ ਸੁਤੰਤਰਤਾ ਨਾਲ ਹੀ ਉਹ ਕਹਿੰਦਾ ਵਾਸਤਵ ਵਿੱਚ ਸੰਭਵ ਨਹੀਂ ਹੋ ਸਕਦੀ ਕਿਉਂਕਿ ਵਿਅਕਤੀ ਦਾ ਕੋਈ ਵੀ ਜਿਹਾ ਕਾਰਜ ਨਹੀਂ ਹੋ ਸਕਦਾ ਜਿਸ ਦਾ ਪ੍ਰਭਾਵ ਉਸ ਤੱਕ ਇਸੇ ਮਤਰੇ ਹੈ ਕਿ ਉਹਦਾ ਕੁਝ ਨਾ ਕੁਝ ਪ੍ਰਭਾਵ ਵਿਅਕਤੀ ਦੇ ਸਾਰੇ ਕੰਮਾਂ ਦਾ ਹਰ ਕੰਮ ਦਾ ਕੋਈ ਨਾ ਕੋਈ ਜਿਹੜਾ ਪ੍ਰਭਾਵ ਆਉ ਦੇ ਪਰਿਵਾਰ ਸਮਾਜ ਤੇ ਬਾਕੀ ਲੋਕਾਂ ਦੇ ਉੱਤੇ ਜ਼ਰੂਰ ਪੈਂਦਾ ਹੈ ਪਰ ਫਿਰ ਵੀ ਜੇਕਰ ਵਿਅਕਤੀ ਨੂੰ ਆਪਣੇ ਉਹ ਕੰਮ ਜਿਨ੍ਹਾਂ ਦਾ ਪ੍ਰਭਾਵ ਦੂਜੇ ਤੇ ਨਹੀਂ ਪੈਂਦਾ ਉਹਨਾਂ ਦੀ ਕੰਮ ਕਰਨ ਦੀ ਜਿਹੜੀ ਸੁਤੰਤਰਤਾ ਨੂੰ ਅਸੀਂ ਵਿਅਕਤੀਗਤ ਸੁਤੰਤਰਤਾ ਕਹਿੰਦੇ ਹਾਂ ਹਾਂਜੀ ਅੱਗੇ ਆ ਗਿਆ ਨੈਤਿਕ ਸੁਤੰਤਰਤਾ ਜੇਕਰ ਵਿਅਕਤੀ ਉੱਪਰ ਕੋਈ ਵਿਸ਼ੇਸ਼ ਨੈਤਿਕ ਕਦਰਾਂ-ਕੀਮਤਾਂ ਜਾਂ ਵਿਸ਼ੇਸ਼ ਧਾਰਨਾਵਾਂ ਜਾਂ ਵਿਚਾਰ ਠੋਸੇ ਜਾਣਗੇ ਤਾਂ ਵਿਅਕਤੀ ਦੀ ਨੈਤਿਕ ਸੁਤੰਤਰਤਾ ਦੀ ਹੋਂਦ ਸੰਭਵ ਨਹੀਂ ਹੋ ਸਕੇਗੀ ਆਪਣੀ ਸੁਤੰਤਰ ਸੋਚ ਅਨੁਸਾਰ ਕਿਸੇ ਮਾਮਲੇ ਦੀ ਉਚਿਤਤਾ ਨੈਤਿਕਤਾ ਉਚਿਤਤਾ ਨੈਤਿਕਤਾ ਜਾਂ ਅਨੈਤਿਕਤਾ ਸੰਬੰਧੀ ਨਿਰਣਾ ਕਰਨ ਦੀ ਖੁੱਲ ਨੂੰ ਨੈਤਿਕ ਸੁਤੰਤਰਤਾ ਕਿਆ ਜਾਂਦਾ ਹੈ ਨੈਤਿਕ ਸਤੰਤਰਤਾ ਰਾਜ ਦੇ ਕਾਨੂੰਨਾਂ ਦੇ ਦਾਇਰੇ ਵਿੱਚ ਹੀ ਸੰਭਵ ਹੋ ਸਕਦੀ ਹੈ ਨੈਤਿਕ ਸਤੰਤਰਤਾ ਮਤਲਬ ਕਿਸੇ ਵਿਅਕਤੀ ਦੇ ਉੱਪਰ ਅਸੀਂ ਕੋਈ ਖਾਸ ਨੈਤਿਕ ਕਦਰਾਂ ਕੀਮਤਾਂ ਧਾਰਨਾ ਠੋਸ ਨਹੀਂ ਹੈ ਬਲਕਿ ਵਿਅਕਤੀ ਕੋਲ ਆਪਣੀ ਇੱਛਾ ਅਨੁਸਾਰ ਕਿਸੇ ਵੀ ਮਸਲੇ ਸੰਬੰਧੀ ਕਿ ਉਚਿਤ ਹੈ ਅਨੁਚਿਤ ਹੈ ਨੈਤਿਕ ਹੈ ਜਾਂ ਅਨੈਤਿਕ ਹੈ ਸੋਚਣ ਦੀ ਖੁੱਲ ਹੋਣੀ ਚਾਹੀਦੀ ਹੈ ਪਰ ਨਾਲ ਹੀ ਉਹ ਥੱਲੇ ਲਾਸਟ ਲਾਈਨ ਦੇ ਵਿੱਚ ਕਹਿੰਦਾ ਹੈ ਨੈਤਿਕ ਸਤੰਤਰਤਾ ਰਾਜ ਦੇ ਕਾਨੂੰਨਾਂ ਦੇ ਦਾਇਰੇ ਵਿੱਚ ਸੰਭਵ ਹੋ ਸਕਦੀ ਹੈ ਕਿ ਜਿਸ ਕੰਮ ਨੂੰ ਮੈਂ ਨੈਤਿਕ ਕਹਿਣਾ ਕਿ ਮੇਰੇ ਅਨੁਸਾਰ ਇਹ ਨੈਤਿਕ ਹੈ ਜਾਂ ਉਚਿਤ ਹੈ ਤਾਂ ਰਾਜ ਦੇ ਕਾਨੂੰਨਾਂ ਦੀ ਉਲੰਘਣਾ ਨਹੀਂ ਹੋਣਾ ਚਾਹੀਦਾਗਾ ਜੇਕਰ ਕੋਈ ਅਜਿਹਾ ਕੰਮ ਹੈ ਜਿਹਨੂੰ ਮੈਂ ਤਾਂ ਨੈਤਿਕ ਸਮਝਦਾ ਪਰ ਉਹ ਰਾਜ ਦੇ ਕਾਨੂੰਨਾਂ ਦੀ ਉਲੰਘਣਾ ਕਰਦਾ ਉਹ ਸੰਭਵ ਨਹੀਂ ਹੈ ਯਾਨੀ ਕਿ ਜਿਹੜੀ ਚੀਜ਼ ਨੂੰ ਮੈਂ ਨੈਤਿਕ ਸਮਝਦਾ ਉਹ ਰਾਜ ਦੇ ਕਾਨੂੰਨਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਹਾਂਜੀ ਐਸੀ ਸੁਤੰਤਰਤਾ ਸੁਤੰਤਰਤਾ ਦਾ ਅਰਥ ਸੁਤੰਤਰਤਾ ਦਾ ਸ਼ਾਬਦਿਕ ਅਰਥ ਸੁਤੰਤਰਤਾ ਦੇ ਰੂਪ ਅਤੇ ਸੁਤੰਤਰਤਾ ਦੀਆਂ ਕਿਸਮਾਂ امید ਹੈ ਤੁਹਾਨੂੰ ਐਮ ਵੀ ਬਰਾ ਲੈਕਚਰ ਚੰਗਾ ਲੱਗਿਆ ਹੋਵੇਗਾ ਫਿਰ ਵੀ ਜੇਕਰ ਕੋਈ ਕਮੀ ਲੱਗੇ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਥੈਂਕ ਯੂ